अख कलाहे बर मित्रा वे कद चेते नी रख दी सोच समझ के सजन चेते आउंदे नी हुंदे यादगार लई साम के रख ले टैक्स दोवानी वक्त बीतया मेरे रगदे दिखाउंदे नहीं हुंदे हाय वक्त बीतया मेरे रगदे दिखाउंदे नहीं हुंदे साल लिख गया ਇਹ ਗੁਲਾਬ ਸਿੱਧੂ ਤੇ ਜੰਗ ਢਿੱਲੋਂ ਇਹ ਕਰਦੇ ਨੇ ਇਹ ਗੱਲ ਕੋਲੈਬੋਰੇਸ਼ਨ ਤਗੜੀ ਸੀ ਇਹਨਾਂ ਦੀ ਇਹ ਮਾਰਦੇ ਨੇ ਸੁਰੇ ਅੰਦਰ ਜਾ ਕੇ ਮਸ਼ੂਕਾ ਵਾਲਿਆਂ ਦੇ ਕਹਿੰਦੇ ਐ ਜਿਉਣਾ ਸੀ ਟੂ ਸਪੂਨ ਮੈਂ ਡੋਡੇ ਮਾਰ ਕੇ ਨੇ ਚ ਅੱਛਾ ਡੋਡੇ ਨਾਈਸਲੀ ਨੇ ਚ ਪੂਰੇ ਦੇਖ ਲਾ ਦਰਦ ਝਲਕਦਾ ਪੈਂਦਾ ਕਿਵੇਂ ਹਨਾ ਬਦਲ ਜਾਂਦੇ ਨੇ ਸੱਜਣ ਰਾਤੋ ਰਾਤ ਕੀ ਪਤਾ ਚੰਗਾ ਭਲਾ ਉਰੇ ਫਿਰਦੀ ਹੁੰਦੀ ਦੀ ਬਿੜਾ ਸੰਭਰਦੀ ਕੀ ਲੋੜਦੀ ਛੋਟੀ ਦੀਦੀ ਅਸਾਂ ਮੇਰੀ ਦੀਦੀ ਦੇ ਗਾ ਰਹੀ ਸੀ ਤੁਸੀਂ ਇਹ ਹਾਂ ਹਾਂ ਤੁਸੀਂ ਕਿਤੇ ਗਾ ਰਹੀ ਸੀ ਤੁਸੀਂ ਵੀ ਆਪਣੀ ਭੈਣ ਦੀ ਗਾਤਾ ਭੈਣ ਦੀ ਗਾਤਾ ਹੋਊਗਾ ਫਿਰ ਮਿੰਟਾਂ ਲਾਦਾ ਚਲੋ ਕੋਈ ਗੱਲ ਨਹੀਂ ਦੁੱਖ ਤਾਂ ਲੈ ਲਈ ਲਵੇਟੇ 'ਚ ਮੈਂ ਵੀ ਤੈਨੂੰ ਤੁਸੀਂ ਤਾਂ ਭੈਣ ਲੈ ਲਈ ਲਵੇਟੇ 'ਚ ਛੋਟੀ ਭੈਣ ਨੇ ਮੈਂ ਲੈ ਲਿਆ ਲਵੇਟੇ 'ਚ ਹੈ ਚੱਲ ਭੈਣ ਦੀ ਬਰੋਕਲੀ 3 ਲੱਖ ਮੇਰਾ ਵਿਆਹ ਤੇ ਲੱਗ ਗਿਆ ਤੀਗਾ 1.5 ਲੱਖ ਚੱਕ ਕੇ ਲੈ ਗਈ ਕਿੰਨਾ ਹੋ ਗਿਆ 4.5 ਲੱਖ ਰੁਪਏ 5.5 ਲੱਖ 4 ਹੋਗਾ 4 4 ਲੈ ਹਾਂ ਤੁਸੀਂ ਦੇਖ ਲਓ ਹੁਣ ਮੈਂ ਤਾਂ ਨਮੇੜੂੰਗਾ ਫਿਰ ਹੁਣ ਕੀ ਕਰੀਏ ਯਾਰ ਕਰਨਾ ਕੀ ਆ ਪਤਾ ਕੀ ਆ ਮੈਂ ਨਮੇੜੂੰਗਾ ਤੁਸੀਂ ਰਹਿਣਾ ਤੁਸੀਂ ਰਹਿ ਜਾ ਨਹੀਂ ਤੁਸੀਂ ਜਾਣਾ ਤੁਸੀਂ ਵੀ ਬਾਹਰ ਮੈਂ ਕੋ ਜਾਊਂਗਾ ਐਂ ਕਿਵੇਂ ਭਗ ਜੂੰਗਾ ਮੈਂ ਕੱਢੇਗਾ ਹੁਣ ਤੂੰ ਮੈਨੂੰ ਨਹੀਂ ਮੈਂ ਤਾਂ ਕੋਈ ਨਹੀਂ ਕੱਢਦਾ ਮੈਂ ਤਾਂ ਇਨਸਾਨੀਅਤ ਰੱਖਦਾ ਜੇ ਮੈਂ ਤੇ ਮੇਰੀ ਭੈਣ ਨੂੰ ਕਬਜ਼ਾ ਕਰ ਲਿਆ ਛੋਡੇ ਵਿੱਚ ਦੀ ਮੈਂ ਉਹਨੂੰ ਤੱਕਦਾ ਠੀਕ ਹੈ ਨਾ ਮੈਂ ਨਹੀਂ ਜਾਂਦਾ ਹੈਗਾ ਉਰੋਂ ਆਪਾਂ ਤਾਂ ਇੱਥੇ ਝੰਡੇ ਕੱਢਦੇ ਰਾਤ ਮੈਂ ਉਹਨੂੰ ਫੋਨ ਕੀਤੇ ਚੱਕੇ ਨਹੀਂ ਹੈਗੇ ਮੇਰੇ ਫੋਨ ਜਦੋਂ ਚੱਕ ਕੇ ਮੈਨੂੰ ਰੁੱਖਾ ਪਈ ਮੈਨੂੰ ਕਹਿੰਦੀ ਤੂੰ ਮੈਨੂੰ ਫੋਨ ਕਾਹਤੋਂ ਕਰ ਰਿਹਾ ਕਹਿੰਦੀ ਕਹਿੰਦੀ ਕਿਉਂ ਕਰ ਰਿਹਾ ਕਹਿੰਦੀ ਕਹਿੰਦੀ ਮੈਂ ਘਰੇ ਹਾਂ ਕਹਿੰਦੀ ਤੁਸੀਂ ਸ਼ਰਮ ਨਹੀਂ ਆਉਂਦੀ ਮੈਂ ਲੈ ਮੇਰੀ ਤੂੰ ਘਰ ਵਾਲੀ ਹੈ ਯਾਰ ਮੈਂ ਪਹਿਲਾਂ ਘਰੇ ਵੀ ਹੁੰਦੀ ਤੀ ਮੇਰੇ ਹੁਣ ਕਿਉਂਕਿ ਰਾਤੋ ਰਾਤ ਬਦਲ ਜਾਂਦੇ ਨੇ ਸੱਜਣ ਵਿਆਹੀਆਂ ਭਰੀਆਂ ਬਦਲ ਜਾਂਦੀਆਂ ਨੇ ਲਕਮਾਲ ਗੱਲ ਤੋਂ ਗੱਲ ਐਂ ਪੈਸੇ ਮੰਗ ਕੇ ਲੈ ਲੈ ਹੋ ਮੰਗ ਕੇ ਲੈ ਲੈ ਮਨੀ ਐਂ ਚੱਕਰ ਵਾਲੀ ਤਾਂ ਕੋਈ ਹੈ ਹੀ ਨਹੀਂ ਤੀ ਫੰਡ ਹੀ ਨਹੀਂ ਚੱਕਣ ਵਾਲਾ ਤਾਂ ਕੋਈ ਚਲੋ ਤਾਂ ਛੱਡੋ ਤੁਸੀਂ ਐਂ ਦੱਸੋ ਹੁਣ ਤਾਇਆ ਜੀ ਦਾ ਕਰਨਾ ਕੀ ਆ ਮੈਨੂੰ ਪਈ ਉਹਦਾ ਖਰਚਾ ਦੇਖੋ ਗੱਗੀ ਜੀ ਖਰਚੀ ਨੂੰ ਕਿਹੜਾ ਤੁਸੀਂ ਕਰਾਊਡ ਬੁਲਾ ਰੱਖਿਆ ਜਾਂ ਤੁਸੀਂ ਜਨਰੇਟਰ ਲਿਆਉਣੇ ਪਹਾੜੇ ਤੇ ਕਾਹਦਾ ਖਰਚਾ ਪੈਂਦਾ ਤੁਹਾਨੂੰ ਕਰਾਊਡ ਨੂੰ ਕਿਹੜਾ ਜੀ ਆਪਾਂ ਇੱਥੇ ਬਾਹੂਬਲੀ ਫਿਲਮ ਕਰਦੇ ਆਂ ਕਰਾਊਡ ਵਾਲੀ ਸਮਾਂ ਨਹੀਂ ਨਾ ਬਣ ਰਿਹਾ ਤੁਸੀਂ ਬਣਾਓ ਸਮਾਂ ਦੇਖੋ ਤਾਇਆ ਜੀ ਨੂੰ ਮਾਰਨਾ ਮੈਡਮ ਮੈਨੂੰ ਉੱਤੋਂ ਪ੍ਰੈਸ਼ਰ ਪਾਈ ਜਾਂਦੀ ਆ ਪੈਸੇ ਦੇਣੇ ਨੇ ਮੈਂ ਤੋ ਕਿੱਥੇ ਲਾ ਲੈਣਾ ਥੱਲੇ ਕਿੱਥੇ ਲੋਕ ਜੇ 10 ਪ੍ਰੈਸ਼ਰ ਕਿੱਥੋਂ ਪਾਉਂਦੇ ਹੋ ਸਮਾਂ ਜਿਹੜਾ ਸਮਾਂ ਬਹੁਤ ਬਲਵਾਨ ਆ ਮੈਂ ਤੁਹਾਨੂੰ ਕਿਹਾ ਹੈ ਹੌਲੀ 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 ਪਟਾ ਮਸ਼ੀਨ ਚੜੂਗੀ ਫਿਰ ਖਿੱਚੂਗੇ ਉਹ ਫਿਰ ਕਰਨਾ ਕੀ ਆ ਸਪਰੇਅ ਵਾਲਾ ਕਰਦੀ ਜਿਹੜਾ ਆਪ ਹੀ ਕਹਿੰਦਾ ਤੇ ਕੀ ਪਤਾ ਬਿਓ ਮਾਤਾ ਆਪ ਹੀ ਕਹੋਂ ਸਪਰੇਅ ਵਾਲ ਤੋਂ ਪਹਿਲਾਂ ਆਪਾਂ ਦੋ ਚਾਂਸ ਹੋਰ ਲੈ ਕੇ ਦੇਖਦੇ ਆ ਜਿੱਦਾਂ ਡਿਲੀਵਰੀ ਹੋ ਗਈ ਨਹੀਂ ਫਿਰ ਵੱਡਾ ਆਪਰੇਸ਼ਨ ਕਰ ਦੇਵਾਂਗੇ ਛੇਤੀ ਕਰੋ ਹੈ ਛੇਤੀ ਕਰੋ ਕਿਉਂਕਿ ਉਹ ਇਹਦਾ ਮੈਨੂੰ ਵਧੀਆ ਨਹੀਂ ਲੱਗਦਾ ਇਸੇ ਨਹੀਂ ਘਰ ਪੱਟਿਆ ਮੇਰਾ ਆਪਾਂ ਐਂ ਕਰਦੇ ਆ ਅੱਜ ਮੈਨੂੰ ਇੱਕ ਹੋਰ ਬਰਾਉਨੀ ਯਾਦ ਆਈ ਹੈ ਸੰਵਿਧਾਨ ਨੰਬਰ 552 'ਚ ਲਿਖੀ ਹੋਈ ਹੈ ਕਿਤਾਬ ਇਹ ਕਿਤਾਬ ਤੁਸੀਂ ਲਿਖੀ ਕਿੰਨੇ ਸੰਪਾਦਕ ਹੋਣਾ ਕਿਤਾਬ ਦਾ ਮੈਨੂੰ ਇਹ ਦੱਸੋ ਪਹਿਲਾਂ ਜਿਹੜੀ ਤੁਸੀਂ ਕਹਿੰਦੇ ਬਰਾਉਨੀ ਕੈਸੇ ਕਰੇ ਕਾਲਾ ਘਰੂਟਿਆਂ ਵਾਲਾ ਇਹ ਕਿਹੜਾ ਗੈਂਗਸਟਰ ਹੋਇਆ ਨਹੀਂ ਗੈਂਗਸਟਰ ਨਹੀਂ ਹੋਇਆ ਇਹਨਾਂ ਨੇ ਪਰਲ ਕੰਪਨੀ 'ਚ ਪੈਸੇ ਲਾਏ ਤੀ ਅੱਛਾ ਫਿਰ ਜਦੋਂ ਪੈਸੇ ਮੁੜੇ ਨਹੀਂ ਦਿਮਾਗ 'ਤੇ ਲੋਡ ਪੈ ਗਿਆ ਪਊਗਾ ਜੀ ਪੈਸਿਆਂ ਨਾਲ ਇਸ ਤੋਂ ਬਾਅਦ ਇਹਨੇ 3 ਬੰਦੇ ਘਰੂਟੇ ਵੜ ਵੜੀ ਮਾਰਤੇ ਓਹੋ ਹਾਂ ਇੱਥੋਂ ਘਰੂਟਾ ਭਰਦਾ ਇਹ ਤੂੰ ਐਂ ਝਗਰੀਟਾ ਮਾਰਦਾ ਮਾਰਦਾ ਝਗਰੀਟਾ ਇਹਦਾ ਖੋਚਾਂ ਤੱਕ ਲੈ ਜਾਂਦਾ ਸੀ ਅੱਛਾ ਜੀ ਬੜਾ ਭੈੜਾ ਬੰਦਾ ਸੀ ਹਾਂ ਬਹੁਤ ਭੈੜਾ ਸੀ ਬ੍ਰਾਉਨੀ ਪੁਸਤਕ 'ਚ ਵੀ ਹੈਗਾ ਇਹਦਾ ਨਾਂ ਸਹੀ ਸੰਵਿਧਾਨ ਨੰਬਰ 552 ਦੇ ਵਿੱਚ ਇੱਕ ਹੁਣ ਨਵੀਂ ਪੁਸਤਕ ਲਿਖ ਰਹੇ ਕਿਹੜੀ ਜੀ ਘਰੂਟਾ ਬ੍ਰਾਉਨੀ ਪਹਿਲਾਂ ਨੇ ਕੱਲੀ ਬ੍ਰਾਉਨੀ ਕੈਸੇ ਕਰੇ ਹਾਂ ਬ੍ਰਾਉਨੀ ਕੈਸੇ ਕਰੇ ਇਹ ਵਿਕ ਜਾਂਦੀ ਹੈ ਕਿਤਾਬ ਜੀ ਬਹੁਤ ਵਿਕਦੀਆਂ ਨੇ ਓਹੋ ਜਦੋਂ ਮੇਲਾ ਲੱਗਿਆ ਹੁੰਦਾ ਪੰਜਾਬੀ ਯੂਨੀਵਰਸਿਟੀ ਹਾਂ ਹਾਂ ਪੁਸਤਕ ਮੇਲਾ ਸਾਡੀ ਅੱਡ ਗਾਉਂਡਰ ਸਟਾਲ ਹੁੰਦੀ ਉੱਥੇ ਪਾਲਾ ਪਰਸੇ ਨੇਜੇ ਤਲਵਾਰਾਂ ਬੌਕਰ ਬਹੁਤ ਕੁਝ ਹੁੰਦਾ ਹਜ਼ਾਰੀ ਆ ਪਹਿਲੀ ਵਾਰੀ ਅੱਡਾ ਜੇ ਕੋਈ 3 ਪੁਸਤਕਾਂ ਲੈਂਦਾ ਉਹ ਕਰ ਦਿੰਦੇ ਨੇ ਇੱਕ ਤਾਂ ਇੱਕ ਉਹਦੇ ਨਾਲ ਜਾ ਕੇ ਜਿਹਦੀ ਲਾਗ ਡਾਟ ਹੁੰਦੀ ਹੈ ਉਹਦੇ ਥਾਪੜੇ ਲਾ ਕੇ ਆਉਣਾ ਛੋਟਾ ਫਿਰ ਖਾਸਾ ਪ੍ਰਭਾਵ ਹੈ ਜੀ ਗਾਉਂਡਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਮਾਜ ਦੇ ਪ੍ਰਤੀ ਸਮਾਜ ਦੇ ਪ੍ਰਤੀ ਜੇ ਅਸੀਂ ਨਾ ਹੁੰਦੇ ਤਾਂ ਅੱਜ ਇੱਥੇ ਹਰਿਆਲੀ ਜਣਕ ਹੁੰਦਾ ਤੁਸੀਂ ਮੇਰੀ ਗੱਲ ਸੁਣੋ ਚਲੋ ਇਹ ਤਾਂ ਤੁਹਾਡਾ ਬਹੁਤ ਵਧੀਆ ਤੇ ਆ ਤਾਈ ਜਿਹੜਾ ਜਾਂ ਤਾਂ ਮੈਂ ਛੇਤੀ ਕੰਮ ਕਰਕੇ ਤਾਈ ਜੀ ਵਾਲਾ ਕਿਉਂਕਿ ਮੈਡਮ ਮੈਨੂੰ ਭਾਰੀ ਆ ਪ੍ਰੈਸ਼ਰ ਮੈਂ ਦੇਣੇ ਨੇ ਪੈਸੇ ਇਹਦੇ ਮੋਢੇ ਲਾ ਦਾਂਗੇ ਕੁਛ ਵੀ ਲਾ ਦੋ ਬਸ ਮੈਨੂੰ ਪੈਸੇ ਮਿਲ ਜਾਣ ਉਹਦੇ ਕਿਉਂਕਿ ਉਹਦੇ ਬੀਮੇ ਬੂਮੇ ਖਾਸੇ ਹੋਏ ਹੋਏ ਨੇ ਕੋਈ ਨਾ ਮੈਂ ਦੋ ਚਾਂਸ ਲੈ ਲਾਂ ਆਪਾਂ ਛੇਤੀ ਛੇਤੀ ਉਹਨੂੰ ਦਾਹ ਕਰ ਦਾਂਗੇ ਫਿਰ ਭੋਗ ਪਾ ਦਾਂਗੇ 2-3 ਦਿਨਾਂ 'ਚ ਹੀ ਫੁੱਲ ਆਪਾਂ ਹਰਿਦੁਆਰ ਨਹੀਂ ਜਾਂਦੇ ਇੱਥੇ ਨਹਿਰ 'ਚ ਪਾ ਦਾਂਗੇ ਪਿੱਛੇ ਕੋਈ ਗੱਲ ਨਹੀਂ ਤਾਂ ਜਿੱਥੇ ਮਰਜ਼ੀ ਫੁੱਲ ਦਾ ਕੀ ਗੰਦੇ ਨਾਲੀ 'ਚ ਪਾ ਦੇ ਚਾਹੇ ਇਹਦਾ ਕੀ ਚਲੋ ਸਾਫ ਪਾਣੀ 'ਚ ਪਾ ਦਾਂਗੇ ਫਿਰ ਛੇਤੀ ਕਰੋ ਜੀ ਇਹ ਕੋਈ ਗੱਲ ਨਹੀਂ ਮੈਂ ਦੇਖਦਾ ਤਾਏ ਨੂੰ ਠੀਕ ਹੈ ਨਾ ਮੈਂ ਕਰਦਾ ਉਹਦੀ ਬਰਾਉਨੀ ਠੀਕ ਹੈ ਓਕੇ ਨਾਈਸ ਭੈਣ ਦੀ ਜਵਾਰ ਭਾਟਾ 2 ਘੁੱਟਾ ਲੈ ਗਿਆ ਖੜਦਾ ਬਾਏ ਯਾਰ
ओके हुण पिछे मुड़ के ना देखो जी हुण करो तुसी ए थोड़ा इजी ले रहे हो कोई ना नाइस नाइस हां नहीं फिर मैं कोई और बिल्ली बुलावा बैल दी शकुंजमो ओ गेड़ा दे की चांचरा बाड़ी हाय ताया की कर दंगा खरोसिया बनदा पुत क्यों फुद्दू लाउणा वड़दा तू कख रहे है ਉਸਦਾ ਫਿਰ ਆਨੰਦ ਲੈਣੂ ਜਦੋਂ ਪਤਾ ਵੀ ਕੱਖ ਵੱਢ ਰਿਹਾ ਚੱਲ ਉਹ ਤਾਂ ਊਂ ਵੀ ਬੰਦੇ ਨਾਲ ਕਈ ਵਾਰ ਟਾਕਿੰਗ ਕਰਨ ਨੂੰ ਮਨ ਕਰਦਾ ਹੁੰਦਾ ਜਿਹੜੀ ਗੱਲ ਹੁੰਦੀ ਆ ਪੁੱਤ ਉਹ ਕਰ ਲਿਆ ਕਰ ਹਾਂ ਗੱਲ ਇਹ ਹੈ ਅੱਜ ਆਪਾਂ ਚਾਂਸ ਲਈਏ ਹੈ ਚਾਂਸ ਲਈਏ ਅੱਜ ਆਪਾਂ ਆ ਕਹਿੰਦਾ ਚਾਂਸ ਲੈਣ ਵੇਲੇ ਨਹੀਂ ਲੈ ਹੁਣ ਲਊਂਗਾ ਬੁੜੀ ਉਮਰੇ ਚਾਂਸ ਤਾਇਆ ਆਪਣੀ ਇਲੈਕਟ੍ਰਿਸਿਟੀ ਖਰਾਬ ਹੋ ਗਈ ਸੱਚ ਕੀ ਖਰਾਬ ਹੋ ਗਈ ਇਲੈਕਟ੍ਰਿਸਿਟੀ ਮੇਰਾ ਸਾਲਾ ਪੰਜਾਬੀ ਬੋਲ ਲਿਆ ਕਰ ਆਈ ਕੀ ਜਗਾਲਾ ਜਾ ਕਰੀ ਜਨਾ ਹੁੰਦਾ ਤੇਰੀ ਮਾਂ ਲਾਈਟ ਖਰਾਬ ਹੋ ਗਈ ਤੇਰੀ ਨਾ ਮਾਂ ਮੇਰੀ ਕਿਉਂ ਮਾਂ ਕਿਉਂ ਮੇਰਾ ਸੜਾ ਸਵੇਂ ਚ ਪਈ ਦੀ ਰਾਖ ਫਰੋਲਦਾ ਹੈ ਆ ਸੜਾ ਕਿਉਂ ਖਾਦਾ ਯਾ ਤੂੰ ਤੇਰੇ ਦਾ ਭੈਣ ਦੀ ਸਿਕਸ ਪੈਕ ਪੈਂਦੇ ਨੇ ਮੱਸੀਆਂ ਪੈਂਦੀਆਂ ਨੇ ਅੰਦਰ ਤਾਂ ਪੱਟਾਂ ਚ ਕੀ ਹੋ ਗਿਆ ਲਾਈਟ ਨੂੰ ਪਤਾ ਨਹੀਂ ਤੇਰੀ ਮਾਂ ਖਰਾਬ ਹੋ ਗਈ ਮੈਂ ਦਾਤੀ ਮਾਰੂ ਗੱਤਲੇ ਚ ਪਰ ਤੂੰ ਹੀ ਲਾ ਕਹਤੀ ਸਿੱਧਾ ਬੋਲਦਾ ਬੋਲਦਾ ਫਿਰ ਪਰ ਤੂੰ ਸਿੱਧਾ ਹੀ ਬੋਲਦਾ ਨਾ ਤੇਰੀ ਮਾਂ ਤੇਰੀ ਮਾਂ ਤੇ ਕਿਉਂ ਜਾਨਾ ਤੂੰ ਭਾਈ ਤੂੰ ਮੇਰੀ ਮਾਂ ਦੇ ਮਕਰਾਵੇ ਰੱਖ ਜਾਨਾ ਮਤਲਬ ਤੇਰੀ ਕੀ ਮਾਂ ਬਰਾ ਮੇਰੇ ਤਾਂ ਥੋਸਰ ਲੱਗ ਜਾ ਮੈਂ ਤਾਂ ਕਰਦਾ ਪਰ ਮੈਂ ਵੀ ਥੋਸਰ ਲਾਉਣ ਨੂੰ ਫਿਰਦਾ ਤੂੰ ਮਤਾ ਖਾਏਗਾ ਗੱਗੀ ਉਹ ਤੈਨੂੰ ਮੈਂ ਦੱਸਤੀ ਗੱਲ ਖਵਾ ਫੜੇ ਖਾਏਗਾ ਮੈਥੋਂ ਸਧਾਰ ਲੱਗਣ ਦੀਆਂ ਆਤਾ ਤੂੰ ਤੈਨੂੰ ਮੈਂ 20 ਵਾਰ ਕਿਹਾ ਨਾ ਕੱਢਿਆ ਕਰ ਗਾਲਾਂ ਨਾ ਕੱਢਿਆ ਕਰ ਕਿ ਤੂੰ ਥਾਪੜੇ ਖਾਲੇਗਾ ਕੰਜਰ ਦਿਆ ਮੈਨੂੰ ਆਤ ਤਾਂ ਯਾਰ ਮੇਰੀ ਸਧਾਰ ਆਤ ਪਈ ਮੇਰੀ ਕੋਸਟੀ ਮੀਟੀਆ ਮੈਂ ਕੀ ਕਰਾਂ ਹੁਣ ਅਰੇ ਗਾਲ ਕੱਢਣੀ ਹੁੰਦੀ ਆ ਕੋਈ 6000 ਕ ਗਾਲ ਕੱਢ ਲੈ ਕਰ ਤੇਰੀ ਭੈਣ ਦਾ ਚਰਖਾ ਮਾ ਮਾਰੂ ਦਾਤੀ ਕਤਲੇ ਚ ਪਰ 6000 ਕ ਤਾਂ ਤੇਰੀ ਭੈਣ ਦੇ ਲੰਗੰਦੇ ਉਰੇ ਉਰਾ ਪੁੱਤ ਤੂੰ ਥੋੜਾ ਜਿਹਾ ਸੰਦਾ ਪੁੱਤ ਵੱਡਾ ਸੰਦਾ ਤੈਨੂੰ ਕਿਹਾ ਤਾਂ ਹੈਗਾ AK-47 ਨਾਲ ਤੇਰੇ ਕੋਲ ਹੈ ਨਹੀਂ ਕੁਛ ਦਿਮਾਗ ਤੇਰੇ ਕੋਲ ਤੈਨੂੰ ਗੱਲ ਸਮਝ ਨਹੀਂ ਆਉਂਦੀ ਬੰਦਾ ਕੀ ਕਰ ਰਿਹਾ ਤੰਗਾ ਭਰਾ ਆ ਕਿਵੇਂ ਰਹੂਗੀ ਨਾਲ ਕੀ ਗੱਲ ਕਰਨੀ ਆ ਆ ਕਿਵੇਂ ਰਹੂਗੀ ਤੇਰੀ ਭੈਣ ਦੀ ਫੁਲਕਾਰੀ ਅਮੇਜ਼ਿੰਗ ਬੈ ਯਾਰ ਤੇਰੀ ਮਾਂ ਦਾ ਮਕਲਾਬ ਤੂੰ ਮਕਲਾਬ ਨਾ ਕਹਾ ਕਰ ਯਾਰ ਆ ਭਰਾ ਜੰਮਤਾ ਪੰਜੀਰੀ ਖਾਣ ਦੀ ਮਰੀ ਨੇ ਜੰਮਤਾ ਪੰਜੀਰੀ ਖਾਣ ਦੀ ਮਰੀ ਨੇ ਨਾ ਤੈਨੂੰ ਜੰਮਤਾ ਦਿਲ ਨਾ ਪੜ ਕਿਉਂ ਜੰਮਿਆ ਤੀ ਪਾਥੀਆਂ ਪਾਸਲਾਂ ਦੀ ਕੰਮ ਤਾਂ ਜਾਂਦੀਆਂ ਚੁੱਲ੍ਹੇ 'ਚ ਲਾ ਲਾਉਂਦੇ ਚਾਹ ਉੱਬਲਦੀ ਹੈ ਤੇਰਾ ਕੀ ਕਰਨਾ ਤੇਰਾ ਉਹ ਲਾਈਟ ਖਰਾਬ ਹੋ ਰਹੀ ਆ ਆਪਣੀ ਭੈਣ ਮਰਾਵੇ ਲਾਈਟ ਪਈ ਤੇਰੀ ਮਾਂ ਲਾਈਟ ਮੈਂ ਮਰੂ ਲਫੜਾ ਕੰਨ ਤੇ ਪੁੱਠੇ ਹੱਥ ਦਾ ਚੰਗਾ ਫਿਰ ਰਾਤ ਨੂੰ ਫਿਰ ਤੇ ਮੈਂ ਤੇਰਾ ਭਣਾ ਸੋਚਣਾ ਬਈ ਮਹਾ ਤੂੰ ਬਾਲੂ ਦੱਲੇ ਵਿਚਾਰਿਆ ਤੇਰਾ ਰਾਤ ਗੁਜ਼ਰ ਜੂਗੀ ਅੱਜ ਰਾਤ ਮੁੱਕਣ ਵਿੱਚ ਨਹੀਂ ਆਉਂਦੀ ਆਪਣੇ ਕੀ ਲੈਣਾ ਆਪਾਂ ਤਾਂ ਭਲਾ ਕਰਦੇ ਆ ਆਪਾਂ ਤਾਂ ਸਮਾਜ ਪਾਰਟੀ ਵਾਲੇ ਆ ਆਪਾਂ ਕੀ ਲੈਣਾ ਮੇਰੇ ਵਾਲੀ ਲਾਈਟ ਖਰਾਬ ਹੋਈ ਐ ਤੇਰੀ ਭੈਣ ਦਾ ਤੱਕੜਾ ਹਾਂ ਚੰਗਾ ਜਾਰ ਢਾਈ ਗਈ ਹੁਣ ਚੱਲ ਚੱਲ ਦਿਆ ਖੜ ਓ ਓ ਸਾਹਮਣੇ ਵਾਲਾ ਦੇਖੀ ਉੱਥੋਂ ਹੁਣ ਵੀ ਤੂੰ ਆ ਨਿਕਲ ਲੈ ਰਿਹਾ ਦੇਖ ਬਲਬ ਚੜ ਗਿਆ ਹੁਣ ਹੁਣ ਵੀ ਉਹ ਬਲਬ ਚੜ ਗਿਆ ਹੁਣ ਆ ਫਿਰ ਤੂੰ ਕਰ ਦੇਗਾ ਠੀਕ ਆ ਚੱਲ ਆ ਜਾ ਆ ਜਾ ਤੂੰ ਲਾਈਟ ਨਾਲ ਲਾਵਾ ਓਏ ਹੈ ਖੜ ਜਾ ਕੀ ਹੋ ਗਿਆ ਓਏ ਕੀ ਹੋ ਗਿਆ ਹਾਏ ਹਾਂ ਹਾਂ ਬੈਠ ਦੇ ਦੀ ਖੱਲੀ ਚੜ ਗਈ ਹੈ ਖੱਲੀ ਕਿੱਥੋਂ ਚੜ ਗਈ ਖੜ ਜਾ ਖੜ ਜਾ ਓਏ ਖੜ ਜਾ ਮੇਰਾ ਸੜਾ ਛਪੜੀ ਆ ਫੜੀ ਆ ਪੜਾ ਹੋ ਜਾ ਕੀ ਫੜਾ ਦੱਸ ਤੇ ਚੜ ਗਈ ਮੇਰਾ ਸੜਾ ਕਿੱਥੋਂ ਫੜਾ ਮੇਰਾ ਫੜੀ ਨੇ ਕਿੱਥੋਂ ਖੜ ਜਾ ਖੜ ਜਾ ਭੈਣ ਜੂ ਉੱਪਰ ਨਿਕਲੋ ਨਿਕਲੋ ਕੋ ਦੀ ਭੈਣ ਨੂੰ ਦੀ ਰੋਆ ਜਾਨ ਨਿਕਲ ਗਈ ਓਏ ਕੁੱਕ ਕੀ ਪੈਂਦੀ ਐ ਇਹ ਖੱਲੀ ਓਏ ਖੜ ਜਾ ਹੱਥਣ ਲਈ ਉਹਦੀ ਭੈਣ ਦੀ ਭੈਣ ਨੂੰ ਦੀ ਨੂੰ ਗੁੱਠਾ ਤੇ ਖਿੱਚਦੇ ਖਿੱਚਦੇ ਫੜ ਕੇ ਗੁੱਠਾ ਖਿੱਚਦੇ ਗੁੱਠਾ ਓਏ ਮੈਂ ਹੋਰ ਕਿਵੇਂ ਦਿੱਤਾ ਖੜ ਜਾ ਬੜਾ ਖੜਾ ਕਰ ਮੈਨੂੰ ਸਰੀਰ ਕਮਜ਼ੋਰ ਹੋ ਗਿਆ ਅਰੇ ਸਾਡੀ ਖੱਲੀ ਚੜ ਜਾਂਦੀ ਆ ਕੋਈ ਨਾ ਤੇਰੇ ਚੜ ਗਿਆ ਜਿਹੜਾ ਕੁਛ ਚੜਨ ਦੀ ਹੁਣ 10 ਮਿੰਟ ਤੱਕ ਤੇਰੀ ਕੁਛ ਨਹੀਂ ਚੜਨ ਦਿੰਦਾ ਮੈਂ ਖੱਲੀ ਚੜ ਜਾਂਦੀ ਆ ਜਾ ਮੈਂ ਤੇਰੇ ਵਾਲੀ ਭੈਣ ਨੂੰ 20 ਵਾਰ ਕਿਹਾ 20 ਵਾਰ ਕਿਹਾ ਉਹ ਲਿਆ ਕੇ ਦਿੱਤਾ ਮੈਨੂੰ ਰਲਾ ਕੇ ਦੇ ਦੇ ਪੰਜੀਰੀ ਖਾ ਲੂੰਗਾ ਕਾਹਨੂੰ ਸੁਣਦੀਆਂ ਨੇ ਬੜੇ ਬੰਦੇ ਦੀਆਂ ਇਹ ਕੀ ਕਰਨਾ ਪੰਜੀਰੀ ਖਾ ਕੇ ਉਹ ਉਮਰ ਹੀ ਇੰਨਾ ਖੱਲੀ ਚੜਦੀ ਆ ਖੱਲੀ ਚੜਦੀ ਆ ਦਮ ਚੜਦਾ ਕਿੰਨਾ ਕੁ ਬੋਲਿਆ ਤੈਨੂੰ ਮੈਂ ਭੈਣ ਦੀ ਜਵਾਰ ਸਾਡਾ ਚੱਲ ਹੋ ਜੇ ਤਾਂ ਜਾਣਾ ਭਾਗ ਜਾ ਚੜ ਜਾਂਦਾ ਛੇਤੀ ਕਰ ਆ ਫਿਰ ਨੇਰਾ ਹੋ ਜੂ ਰਿਸ਼ਤੇਦਾਰ ਵੀ ਆਉਣਗੇ ਐਡੀ ਦੂਰੋਂ ਚੱਲ ਕੇ ਹਲੇ ਕੁਮਾਰਾਂ ਦੇ ਜਾਣਾ ਬੜਾ ਲੈਣਾ ਸਿਆਣਾ ਵਿਆਹਣ ਵਾਲਾ ਹੋ ਰਿਹਾ ਮੇਰੀ ਸਿਆਣਪ ਦੇ ਤਾਂ ਚਾਹ ਤੇ ਪਰਵਰਿਸ਼ ਕਰੇਗਾ ਜਵਾਖਾਂ ਦੀ ਕੀ ਪਰਵਰਿਸ਼ ਕਰੇਗਾ ਮੈਨੂੰ ਸਾਡੀ ਬਾੜ ਵਾਲੇ ਮੈਨੂੰ ਮੈਂਬਰ ਚੁਣਨੂੰ ਫਿਰਦੇ ਸੀਗੇ ਮਹਾ ਨਾ ਮੈਂ ਨਹੀਂ ਮਹਾ ਮੈਂ ਬੜਾ ਬਿਠਾਏਗਾ ਪਿੰਡ ਦਾ ਨਾਲੇ ਪੰਚਾਇਤ ਦਾ ਤੈਨੂੰ ਦੱਸਾਂ ਮੈਂ ਤੇਰਾ ਨਾ ਬੇੜਾ ਬਹਿ ਜੇ ਥੋੜੇ ਸਾਰੇ ਟੱਬਰ ਦਾ ਨਾ ਬੇੜਾ ਬਹਿ ਜੇ ਚੱਲ ਉਹ ਚੱਲ ਹਾਂ ਤੇਰਾ ਵੀ ਕੀ ਦੋਸ ਹੈ ਇਹ ਮਾਂ ਇਹੋ ਜੀ ਹੈ ਉੱਥੋਂ ਉਹ ਵਾਇਰ ਤੇ ਵਿੱਚ ਆ ਰਿਹਾ ਉਹ ਸਪੋਕਿੰਗ ਹੈ ਇਹ ਸਾਲੇ ਵੀ ਕੰਮ 'ਚ ਖੁਰਕ ਹੋਈ ਜਾਂਦੀ ਹੈ ਉਹ ਵਾਇਰ 'ਚ ਆ ਰਹੀ ਹੈ ਸਮੋਕਿੰਗ
ਅੱਜ ਕੱਲ ਦਾ ਗੱਗਿਆ ਪਤਾ ਨਹੀਂ ਕੀ ਮਾੜਾ ਟਾਈਮ ਚੜਿਆ, ਖਿਆਲੇ ਬਾਲੇ ਗੰਦੇ ਗੰਦੇ ਜੇ ਆਉਂਦੇ ਨੇ। ਇਹ ਇਆਂ ਹੈਗਾ ਜਦੋਂ ਜਦੋਂ ਪ੍ਰਮਾਤਮਾ ਨੇ ਝੋਟਾ ਛੱਡਤਾ ਹੋਵੇ ਨਾ ਬੰਦੇ ਨੂੰ ਲਿਆਉਣ ਖਾਤਰ, ਉਦੋਂ ਖਿਆਲ ਹੀ ਆਉਂਦੇ ਨੇਗੇ। ਆਹ ਪਹਿਲੀ ਵਾਰ ਰੱਖਿਆ ਹੋਵੇ। ਆਹ ਮੈਂ ਕਹਿੰਦਾ ਇਹਨੂੰ ਬੁਲਾ ਕੇ ਲਿਆ ਇਕੱਠੇ ਮਾਝੇ ਜਾਣੇ ਨੂੰ। ਕਿਉਂ ਆਇਆ ਜੀ ਚੜਾ ਦਿੰਦਾ ਚੰਡੋਲ ਤੇ? ਕੋਈ ਨਾ, ਉਹ ਤਾਂ ਬਾਅਦ ਚੋਂ ਵੇਚ ਦਾਂਗੇ, ਤੇਰੇ ਜਾਣ ਤੋਂ ਬਾਅਦ ਵੇਚ ਦਾਂਗੇ। ਮੈਂ ਤਾਂ ਕਿੱਥੇ ਚੜਾ ਨਾ ਵੀ ਊ, ਚਲੋ ਤੂੰ ਕਿਤੇ ਜਾਏਗਾ ਉਸ ਤੋਂ ਬਾਅਦ ਆਪਾਂ ਸੌਦਾ ਕਰ ਲਾਂਗੇ, ਉਦੋਂ ਸੂਪ ਪੂਗੀ। ਮੇਰਾ ਸੜਾ ਮੱਚਿਆ ਤਾਂ ਲੱਗਦਾ ਨਹੀਂ, ਤਾਂ ਇਹਦਾ ਦਾ ਜਿਵੇਂ ਕੱਟਿਆ ਹੋਇਆ ਜੋੜ ਜਾ। ਅਰੇ ਮੁਸ਼ਕ ਨਹੀਂ ਆ ਰਹੀ ਤੈਨੂੰ? ਨਾ ਆ ਤਾਂ ਰਿਹਾ, ਇੱਥੋਂ ਸਮੋਕ ਨਿਕਲਿਆ ਨਹੀਂ ਕਿਸੇ ਪਾਸੋਂ। ਇਹ ਹੈ ਕਾਲਾ ਤਾਂ ਨਹੀਂ ਹੋਇਆ ਕਿਸੇ ਪਾਸੋਂ ਨਾ। ਆ ਦੇਖ ਆ ਜੋੜਾ ਜਿਹੜਾ ਇਹਦੇ ਨਾਲ ਆ ਦੇ ਆ ਟੁੱਟਿਆ ਹੋਇਆ। ਆ ਦੇ ਆਹ ਹੱਥ ਕਿਉਂ ਉਹਨਾਂ ਦਾ ਕੱਟੀ ਹੋਈ ਆ ਗਰਿਆ ਹੋਵੇ ਜਮਾ। ਉਧਰੋਂ ਮੈਂ ਸੁੱਚ ਕੱਟਦੀ ਮਾਂ, ਤੂੰ ਜੋੜ ਲੈ। ਕੰਮ ਕਰ ਪਏਗਾ ਭਾਈ, ਮੇਰੇ ਕਰੰਟ ਬੰਦੇ ਨੂੰ ਛੱਡਦਾ ਪੱਲਾ, ਇਹ ਦੱਸ ਮੈਨੂੰ। ਮੈਂ ਉਹੀ ਕਿਹੜਾ ਕਰੰਟ ਨਹੀਂ ਛੱਡਦਾ ਹੁੰਦਾ, ਸਾਈਡ ਛੱਡਦਾ ਮਾਰ ਕੇ ਛੱਡਦਾ ਬੰਦੇ ਨੂੰ। ਇਹਦੇ ਨਾਲ ਕਦੀ ਚੌੜ ਪਈ ਚੌੜਾ ਕਰੰਟ ਨਾਲ ਕੋਈ ਕੱਢ ਲੈ ਦੰਦ ਕਮਲਿਆ ਮੰਗੂ ਹਾਲੇ ਦੇ ਚੱਪਲ ਮਾਰੂ ਲਿਆ ਪਲਾਸ ਲਿਆ ਕਿਤੇ। ਅਸੀਂ ਲੋਕ ਕਹਿਣਗੇ ਸਾਰੇ ਕਰੰਟ ਨਹੀਂ ਛੱਡਦਾ ਹੁੰਦਾ, ਪਲਾਸ ਲਿਆ ਦੇ ਮੇਰਾ ਪੁੱਤ। ਪਲਾਸ ਤਾਂ ਆਈ ਨਹੀਂ ਗਾ ਦੰਦ ਦਾ ਸਿਲ ਦੇ, ਉਦੋਂ ਸੁੱਚ ਤਾਂ ਕੱਟੀ ਹੋਈ ਹੈ। ਤੂੰ ਥੋੜਾ ਜਿਹਾ ਸੰਦ ਹੈ ਵੱਡਾ ਇੱਕ ਮੋਟੀ ਸਾਹਮਣਾ। ਐ ਕਰ ਐ ਕਰ ਥੱਲੇ ਕਰ ਕੇ ਐਮਸੀ ਕਰਤੀ ਸ਼ੂ ਕੱਢਦੀ ਉਹਦਾ ਪਲੱਗ। ਮੈਂ ਕਹਿੰਦਾ ਸ਼ੂ ਕੱਢ ਕੇ ਡੇਗਤਾ। ਤੂੰ ਜਾ ਉੱਥੇ ਵਗ ਜਾ, ਕਿਉਂ ਕੱਤੇ ਪਕਾਈ ਮਾਰੀਆ ਲਵੇ ਵਗ ਜਾ ਦੇ ਮੇਮ ਸੁੱਚ ਦੇ। ਸੱਡੀ ਨਾ ਤਾਂ ਆਇਆ ਪਹਿਲਾਂ ਹੀ ਐਂ ਜੇ ਲੱਗਦਾ ਹੁੰਦਾ ਵੀ ਮੈਂ ਗਿਆ, ਉਹ ਤੋਂ ਬਾਅਦ ਸੱਡੀ ਨਾ ਚੰਗਾ ਫੜ ਕੇ ਚੰਗੀ ਤਰ੍ਹਾਂ ਫੜ ਕੇ ਮੇਮ ਸੁੱਚ ਕੱਟਦੀ। ਮੇਮ ਸੁੱਚ ਤਾਂ ਕੱਟਦੀ ਮੈਂ, ਮੇਮ ਸੁੱਚ ਕੱਟ ਕੇ ਉਹ ਕੱਢਦੀ। ਇੱਕ ਵਾਰ ਲਾਸਟ ਵਾਰ ਕਰਾਂ ਹੀ ਮਾੜਾ ਜਿਹਾ। ਤੂੰ ਜੱਫੀ ਪਾ ਲਾ, ਫਿਰ ਆਪਾਂ ਨੂੰ ਟਾਈਮ ਨਹੀਂ ਨਾ, ਫਿਰ ਤੈਨੂੰ ਪਾਵਾਂਗੇ ਜੱਫੀਆਂ ਨਾਲ। ਤੂੰ ਪੁੱਤ ਲਾਜ ਲੂਜ ਕਰਾ ਲਾ ਤਾ ਤੂੰ, ਮੈਂ ਦੇ ਦੂੰ ਪੈਸੇ, ਮੈਂ ਇਸ ਵੇਚ ਕੇ ਮੈਂ ਦੋ ਮਿੰਟ ਦੇ, ਦੋ ਮਿੰਟ ਦਾ ਖਰਚਾ ਆਉਂਦਾ ਤੈਨੂੰ ਦੇ ਦਾ, ਮਿੰਟਾਂ ਦੀ ਇਲਾਜ ਹੋਊਗਾ ਤੇ ਹਸਪਤਾਲ ਦਾ ਕਿੰਨਾ ਕੁ ਖਰਚਾ। ਸੇਤੀ ਕਰ, ਸੇਤੀ ਮੱਖਾਂ ਬੰਦ ਕਰ ਲਾ, ਮੈਥੋਂ ਦੇਖਿਆ ਨਹੀਂ ਜਾਂਦਾ ਬੰਦਾ। ਉਹ ਕੱਟਤੀ ਹਾਕ ਮਾਰਦੀ ਉਹ ਮੁੰਡਿਆ। ਹਾਂ ਉਹ ਕੀ? ਹਾਂ ਹਾਕ ਮਾਰਦੀ ਮੇਰਾ ਪੁੱਤ। ਕੋਈ ਨਾ ਤੂੰ ਮਾਰੇਗਾ ਹਾਕਾ ਤਾਂ ਚੰਗਾ ਵੀ ਨਾਲੇ। ਹੈ ਕੁਛ ਨਹੀਂ ਬੋਲੀ ਜਾਂਦਾ ਕਿਵੇਂ? ਮੇਮ ਸੁੱਚ ਕੱਟ ਦੇ। ਮੇਮ ਸੁੱਚ ਕਿਵੇਂ? ਉਹ ਮੇਮ ਕਿਵੇਂ ਸੁੱਚ ਚੱਕ ਦੇ। ਹਾਂ ਚੱਕ ਦੇ ਢੋਲੀ ਆ ਚੰਗੀ ਤਰ੍ਹਾਂ ਫੜ ਕੇ ਲਾ ਲਾ ਮੂੰਹ ਲਾ ਮੂੰਹ ਮੂੰਹ ਨਾਲ ਚੱਲ ਚੰਗਾ। ਮੇਮ ਸੁੱਚ ਚੱਕ ਦੇ ਕਦੇ ਥੱਲੇ ਕਰਦੇ ਮਰਵਾ ਦੇ ਬੁੜੇ ਨੂੰ। ਨਾ ਨਾ ਚੱਕੀ ਚੱਲ ਚੰਗਾ ਮੈਂ ਲਾਉਣਾ ਜੋੜ। ਹਾਂ ਹੱਥ ਤਾਂ ਨੀ ਗਿੱਲੇ ਮਰ ਗਿਆ ਲਾਰੇ ਖੜ ਜਾ ਛੇਤੀ ਲਾ। ਤੇਰਾ ਉੱਡਦਾ ਡਵੱਟਾ ਹੋਏ ਬੈਰੇ ਪਾਰੇ ਉੱਡਦਾ ਗਹਿਰਾਂ ਦੇ ਸੰਗ ਰੂਪ ਤੇ। ਤੇਰਾ ਉੱਡਦਾ ਡਵੱਟਾ ਹੋਏ ਬੈਰੇ ਪਾਰੇ ਉੱਡਦਾ ਗਹਿਰਾਂ ਦੇ ਸੰਨ ਰੂਪ ਤੇ। ਲੱਗੀ ਬੜੇ ਪੱਥਣਾ। ਹਾਂ ਪੱਥਰ ਹੈਂ ਉਹ ਤੇਰੇ ਸਾਹਮਣੇ ਪਿਆ, ਸਾਰੇ ਹੀ ਪਿਆ ਹਜੇ ਤਾਂ। ਸੁੱਕੀਆਂ ਸੁੱਕੀਆਂ ਪਾਥੀਆਂ ਲੈ ਕੇ ਜਾਂਦਾ ਮੈਂ। ਫਿਰ ਤਾਂ ਗਿੱਲੀਆਂ ਨੇ ਉੱਥੋਂ ਪਾਲਾ, ਦੋ ਪਾਥੀਆਂ ਨੇ ਪਾਉਣੀਆਂ ਨੇ। ਓਏ ਉਹ ਤਾਂ ਗਹਾਰੀ ਲਿਪਣ ਵਾਲੀ ਆ ਭੈਣੇ। ਫਿਰ ਮੇਰੀ ਗੱਲ ਸੁਣ, ਆਪਾਂ ਆ ਜਿਹੜਾ ਗੋਹਾ ਪਿਆ ਉਹਦੇ ਨਾਲ ਗਹਾਰੀ ਲਿਪਣ? ਨਾ ਨਾ ਭੈਣੇ, ਤਾਂ ਪੱਥਾਂ ਕੋ ਤਾਂ ਆਪਾਂ ਗਊਸ਼ਾਲਾ ਚੋਂ ਲਿਆਵਾਂਗੇ ਮੋਕ ਗਾਈਆਂ ਦੀ। ਬੇ ਪਾਗਲਾ ਉਹ ਕਿੱਥੇ ਖੜੂਗੀ, ਆਹੀ ਲਿਪਣਾ ਪਊਗਾ। ਤੈਨੂੰ ਟਾਈਮ ਲੱਗੂਗਾ। ਮੈਂ ਐਂ ਕਹਿੰਦਾ ਸੀ ਮੈਂ ਦਾਲ ਧਰ ਦਿੰਦੀ, ਤੂੰ ਜਾ ਕੇ ਮੈਨੂੰ ਬਣਾਉਣੀ ਨਹੀਂ ਆਉਂਦੀ। ਫਿਰ ਆਹ ਕੌਣ ਪੱਥੂਗਾ, ਮੈਂ ਤਾਂ ਦਾਲ ਧਰ ਦੂੰਗੀ। ਮੈਂ ਪਥਾ ਦੇਣਾ ਤੇਰਾ ਅੱਧੇ ਨਾਲ ਚਲਾ। ਨਾ ਮੇਰੀ ਗੱਲ ਸੁਣੀ, ਤੂੰ ਤਾਂ ਕਹਿੰਦਾ ਸੀ ਮੈਂ ਬਾਹਰ ਲੈ ਕੇ ਜਾਂਦਾ ਸੀ ਜਵਾਕਾਂ ਨੂੰ ਸਾਰਾ ਕੰਮ ਕਰਦਾ ਸੀ, ਤੈਨੂੰ ਦਾਲ ਵੀ ਨਹੀਂ ਬਣਾਉਣੀ ਆਉਂਦੀ। ਉਹ ਦਾਲ ਭੈਣੇ ਉਹ ਨਹੀਂ ਆਉਂਦੀ ਮੈਨੂੰ ਬਣਾਉਣੀ, ਮੈਨੂੰ ਤਾਂ ਵੱਡੇ ਉਹਦੇ ਵਿੱਚ ਆਉਂਦੀ ਆ ਬਣਾਉਣੀ। ਹੁਣ ਆਪਣੇ ਨਾਲ ਜੋਗੀ ਮੈਨੂੰ ਬਣਾਉਣੀ ਨਹੀਂ ਆਉਂਦੀ। ਜਿੰਨੀ ਤੂੰ ਵੱਡੇ 'ਚ ਬਣਾਉਂਦਾ ਤੀ ਉਦੋਂ ਘੱਟ ਸਮਾਨ ਪਾ ਕੇ ਥੋੜ੍ਹੀ ਬਣ ਜੂਗੀ। ਹੈਂ ਬਣ ਜੂ ਥੋੜ੍ਹੀ ਬਈ, ਮੈਂ ਪੱਥ ਨੂੰ ਆਪੇ ਜਾਵਾਂਗੀ, ਮੇਰਾ ਕੰਮ ਕਰਦਾ ਉਹ ਟਾਈਮ ਲੱਗ ਜੂਗਾ। ਫਿਰ ਉਹਨੂੰ ਚੰਗੀ ਤਰ੍ਹਾਂ ਰਲਾ ਇਹਨੂੰ। ਹੋਰ ਬਥੇਰੀਆਂ ਪਥੂਲੀਆਂ ਪੱਥੀਆਂ ਨੇ। ਗੱਲ ਸੁਣ, ਇਹਨਾਂ ਨੂੰ ਇੱਧਰ ਇੱਧਰ ਧਰੀ ਜਾ, ਕੱਢ ਜਾ ਇੱਕ ਮਿੰਟ। ਸੁੱਕੀਆਂ ਪੱਥੀਆਂ ਪਾ
सारे काम आप सीखने चाहिए लोड पै जाए है मैं आप घर आला लभ के दो जिन्हू आप सारे काम आ ਹੁਣ ਵੇਲੇ ਕਵੇਲੇ ਮੈਂ ਬਗ ਜਾ ਹਣਾ ਉਰੇ ਆ ਜਾ ਪੇਕੇ ਆ ਜਾ ਉਹਦੇ ਹਣਾ ਬੰਦਾ ਪਤਾ ਕਰ ਲੂ ਆਪਣੇ ਹਾਰੇ ਇਹ ਤਾਂ ਹੈ ਕਪਣੀ ਬੜੀਆਂ ਬੜੀਆਂ ਪੱਥੇ ਛੇਤੀ ਪੱਥੀਆਂ ਜਾਣਗੀਆਂ ਤੇ ਇਹਨਾਂ ਦੀ ਗੱਲ ਨਹੀਂ ਸੁਣੀ ਭਣੀ ਕਿੰਨਾਂ ਦੀ ਇਹਨਾਂ ਦੀ ਕੀ ਹੋ ਗਿਆ ਬੰਦਾ ਹੁੰਦਾ ਤਾਂ ਇਹਨਾਂ ਦੀ ਕੁੜੀ ਲਵੇ ਮੈਂ ਤਾਂ ਬੁੜੀਆਂ ਲੱਛਣ ਜੇ ਕਿਉਂ ਕਰੀ ਜਾਣਾਗਾ ਕਿਵੇਂ ਆ ਹੱਥ ਜੇ ਮਾਰੀ ਜਾਣਾ ਬੁੜੀਆਂ ਵਾਂਗੂ ਇਹ ਫਿਰ ਬਣਦੀ ਬੁੜੀਆਂ ਵਾਂਗੂ ਨੇ ਫੀਲਿੰਗ ਲੈ ਕੇ ਬੰਦਾ ਪੱਥ ਕੇ ਦਿਖਾਵੇ ਚੰਗਾ ਲੱਖ ਹੋਰ ਮੈਂ ਤੈਨੂੰ ਟੁੱਟ ਦੀ ਆਪਾਥੀ ਬਣੀ ਗੱਲ ਤਾਂ ਸੁਣ ਤੈਨੂੰ ਇਹਨਾਂ ਦੀ ਗੱਲ ਸੁਣ ਕਿੰਨਾ ਦੀ ਅੰਤਿਆਰੇ ਕੀ ਹਾਂ ਜਿਹੜਾ ਨਾ ਆਪਣਾ ਤਾਇਆ ਨਹੀਂ ਹਾਂ ਇਹਨਾਂ ਦੀ ਕਹਿੰਦੇ ਮੱਝਾਂ ਖੋਲ ਕੇ ਲੈ ਗਏ ਰਾਤ ਨਿਗਾ ਤਾਂ ਰੱਖ ਦਿਓ ਬੁੜੀਆਂ ਤਾਂ ਕਿੱਧਰ ਫਿਰਦੇ ਰਹਿੰਦੀਆਂ ਨੇ ਅਹੀਂ ਤਾਂ ਇਹਨਾਂ ਦੇ ਵੀ ਬੰਦਾ ਦਾ ਇਹ ਬੰਦੇ ਤਾਂ ਸਾਰਿਆਂ ਦੇ ਘਰੇ ਹੁੰਦੇ ਨੇ ਉਹੀ ਆਪਦੀਆਂ ਛੱਡੀ ਜਾਂਦਾ ਤੂੰ ਐਵੇਂ ਨਹੀਂ ਕਹਿਣਾ ਮੈਂ ਹੋਰ ਮੈਂ ਤਾਂ ਇਹ ਕਹਿਣਾਗਾ ਵੀ ਗੈਰ ਬੰਦਾ ਹੁੰਦਾ ਜਾਗਰ ਆਉਂਦਾ ਸੱਤ ਚੁੱਲ੍ਹੇ ਟੱਪਣਾ ਤੂੰ ਕੀ ਲੈਣਾ ਕਿਸ ਤੋਂ ਜੱਗ ਹਾਰੇ ਅੱਖ ਚੋਂ ਅੱਜ ਬਗਨ ਕਰਾਲਾ ਤੂੰ ਜਿੰਨਾ ਦਾ ਸੀ ਦਰਦੀ ਮੌਤ ਕਿਸੇ ਨਾਲ ਕਿੱਥੋਂ ਚੱਲਿਆ ਕਰਦੀ ਹਾਂ ਸਾਮ ਦਰਦੀ ਕੀ ਕੱਢ ਵਾਦੀਆ ਡਾਟ ਕਾਮ ਓ ਮੁੰਡਿਆ ਹੈ ਐ ਕਰ ਪਤਾ ਤੂੰ ਜਾਉਂਦਾ ਹੋਏ ਓਏ ਤੂੰ ਮਰਿਆ ਨਹੀਂ ਹੈ ਪਿਓ ਦੀ ਉਮਰ ਦਾ ਓ ਮੈਂ ਤੇਰੇ ਪਿਓ ਵਰਗਾ ਓ ਪਿਓ ਵਰਗਾ ਇੱਜ਼ਤ ਕਰ ਲੈ ਕਰ ਪਤਾ ਨਹੀਂ ਕੰਜਰ ਤੇ ਕਿਹੜੀ ਪ੍ਰਜਾਤੀ ਚੋਂ ਤੂੰ ਹੈ ਕਿਹੜੀ ਪ੍ਰਜਾਤੀ ਚੋਂ ਪੁੱਤ ਤੂੰ ਜੋੜ ਲਾਤਾ ਹੋ ਲਾਤਾ ਜੋੜ ਚੰਗੀ ਤਰ੍ਹਾਂ ਲਾਇਆ ਚੰਗੀ ਤਰ੍ਹਾਂ ਮੂੰਹ ਨਾਲ ਛਿੱਲ ਕੇ ਲਾਇਆ ਅੰਤਰੋਂ ਤਾਂ ਸਾਰਾ ਕੁਝ ਠੀਕ ਆ ਮੈਨੂੰ ਲੱਗਦਾ ਆ ਤਾਂ ਠੀਕ ਆ ਆਉਣਾ ਤਾਂ ਸੁੱਟਾ ਲਾਤਾ ਪੁੱਤ ਲਾਤਾ ਮੈਂ ਜੋੜ ਲਾਤਾ ਚਿੱਕ ਕਰ ਲਾ ਉਹਨੂੰ ਲਾ ਕੇ ਲੈਟ ਉਹਨੂੰ ਗਾੜੇ ਨੂੰ ਕੁਝ ਹੋਈ ਨਹੀਂ ਹੈਗਾ ਹਾਂ ਪਾਣੀ ਲੈਣਾ ਸੀ ਮੈਂ ਇਹ ਪਾਣੀ ਦੀ ਇਲੈਕਟ੍ਰਿਕ ਅਰੇ ਸਾਲਾ ਮਾਰੂ ਥਲ ਚ ਰਹਿਣੇ ਹੋ ਤੁਸੀਂ ਤੁਹਾਡੇ ਨਹੀਂ ਹੈਗਾ ਪਾਣੀ ਉਹ ਟੈਂਕੀ ਖਾਲੀ ਹੋ ਗਈ ਸਾਡੇ ਭਰ ਲਓ ਆਪਦੀ ਮਾਂ ਨੂੰ ਚਲਾ ਕੇ ਮੋਟਰ ਭਾਈ ਚੱਕ ਦਿਓ ਬੂਥਾ ਸਾਡੇ ਘਰ ਆਏ ਨੂੰ ਤਾਂ ਹੁੰਦਾ ਵੀ ਬਿਲਣਾ ਜੇ ਮੇਰੇ ਸਾਲੇ ਨੂੰ ਮੋਟਰ ਕੀ ਪਾਥੀਆਂ ਤੇ ਚੱਲਦੀ ਹੈਗੀ ਤੜਕੇ ਤਾਂ ਲਾਈਟ ਨਹੀਂ ਹੈਗੀ ਮੋੜ ਵਾਲੇ ਖੰਭੇ 'ਚ ਟਰੈਟ ਮਾਰਿਆ ਇਹ ਵੀ ਬਾਹਲਾ ਠਿੱਠ ਕਰਦੇ ਨੇ ਟਰੈਕਟਰਾਂ ਜੇ ਵਾਲੇ ਠਾ ਮਾਰਦੇ ਨੇ ਖੰਭੇ 'ਚ ਕੰਜਰ ਦਾ ਉਹਦੀ ਤੋੜਦਾ ਨੇ ਇਲੈਕਟ੍ਰਿਸਿਟੀ ਹੈ ਨਹੀਂ ਓਏ ਨਾ ਕੋਈ ਨਹੀਂ ਹੈਗੀ ਲੱਗੀ ਪੁੱਤ ਤੜਕੇ ਦੀ ਭੂਗ ਅਲਟਰਲੀ ਮਾਰੀ ਉਹ ਦੱਸਦਾ ਕਰੋ ਕਿਸੇ ਨੂੰ ਜਦੋਂ ਮੇਰੀ ਕਿਉਂ ਮਾਰਦਾ ਜਵਾਕ ਦੇ ਨਾ ਮੈਂ ਦਰਦ ਲਵਾ ਕੇ ਇਹ ਕਈ ਵਾਰ ਕਿਸੇ ਨੇ ਲਾਈਟ ਤੇ ਬਹੁਤ ਵੱਡੀ ਕਲਾ ਬੈਟਰ ਕੀ ਹੁੰਦੀ ਹੈਗੀ ਚੱਲ ਕੋਈ ਨਾ ਉਹ ਇੱਥੇ ਕਰੇਗਾ ਉਹ ਆਹ ਕਰ ਮੇਰੀ ਗੱਲ ਸੁਣਾ ਫੜਾ ਕੇ ਜਿਹਦਾ ਲੈ ਕੇ ਗੱਲ ਪੈ ਜਾਊਗਾ ਮੈਂ ਨਹੀਂ ਫੜਾ ਕੇ ਆਉਂਦਾ ਯਾਰ पानी डोलेगा खराब करेगा पानी एवं है मैं भी चलना तेरे नाल खुल बाड़े चलते मारू तेरे लफड़ पानी का है नी लाइट का की पता कद तक आवे खंभा कद तक खड़ा करन कद तक तारा लाउण ਕਿਉਂ ਪਾਣੀ ਖਰਾਬ ਕਰਨਾ ਖਾਣ ਪੀਣ ਕਿਹੜੀਆਂ ਚੱਕਾਂਗੇ ਹੈ ਆ ਜਾ ਦੋਵੇਂ ਪਿਓ ਪੁੱਤ ਵਗ ਜਾਂਦੇ ਆ ਵੱਡਾ ਆਪਰੇਸ਼ਨ ਕਰਨਾ ਪੂਗਾ ਪੁੱਤ ਵਰਗਾ ਹੀ ਆ ਮੇਰੇ ਤੂੰ ਆ ਬਾਅਦ ਚ ਫੜਾਇਆ ਮਗੇ ਕੀਦਾ ਇੱਧਰ ਹੀ ਆ ਜਾ ਨਹਿਰ ਨਹਿਰ ਲੰਘ ਜਾਂਦੇ ਆ ਡੱਬਾ ਜਾ ਚੱਕਣੀ ਇੱਥੋਂ ਕੋਲੀ ਯਾਰ ਅੱਜ ਮਰ ਜਾਣਾ ਡੱਬਾ ਚੱਕਣਾ ਮੈਂ ਨਹੀਂ ਚੱਕਦਾ ਹੋਰ ਕਿਸੇ ਕਰੂੰਗਾ ਆ ਜਾ ਭੰਡੀ ਯਾਰ ਇੰਨਾ ਵਧੀਆ ਚਾਂਸ ਲਿਆ ਤੀਗਾ ਆ ਵੀ ਮਿਲਦਾ ਤਾਂ ਸੁੱਕ ਗਿਆ ਰਜਾਈਆਂ ਜੀ ਇਹਨਾਂ ਨੂੰ ਲੜਦੇ ਕਰੇ ਹੱਗਦੇ ਹੱਗਦੇ ਹੈ ਨਾਗ ਲੜਾਉਂ ਤੇ ਹੱਗਦੇ ਹੱਗਦੇ ਚੱਲ ਇਹਨੂੰ ਅੰਦਰ ਰੱਖ ਦੇ ਮੇਰਾ ਪੁੱਤ ਯਾਰ ਆਲਾ ਪਾਣੀ ਲੈ ਆ ਆਲਾ ਬਸ ਆ ਇੱਕ ਬਾਲਟੀ ਦਿੱਤੀ ਹੁਣ ਦਾ ਬੇ ਵੱਡੀ ਤਾਂ ਭਰ ਲਿਆਂਦਾ ਆ ਪੋਰਾ ਕੱਖ ਜਿੰਨੀ ਬਾਲਟੀ ਭਰ ਲੈ ਇਹਦੇ ਨਾਲ ਕੀ ਹੋਗਾ ਪਾਣੀ ਦੀ ਤਾਂ ਘਰੇ ਘੁੱਟਣੀ ਹੈਗੀ ਪਾਣੀ ਤਾਂ ਉਹਨੇ ਭਰਨ ਦਿੱਤਾ ਮੈਂ ਤਾਂ ਚਾਰੇ ਪੈਰ ਚੱਕ ਕੇ ਬਹਿ ਗਿਆ ਉਹ ਕਿਉਂ ਕਹਿੰਦਾ ਪਾਣੀ ਮੁੱਕ ਰਿਆ ਸੀ ਪਾਣੀ ਤਾਂ ਬਾਦੂ ਹੈਗਾ ਮੇਰੇ ਤਾਂ ਲਾਫੜਾ ਮਾਰਿਆ ਉਹਨੇ ਗੱਗੀ ਨੇ ਕਹਿੰਦਾ ਪਾਣੀ ਪੂਣੀ ਨਹੀਂ ਭਰਨਾ ਉਦੋਂ ਕਹਿੰਦਾ ਉੱਥੋਂ ਟੋਬੇ ਤੋਂ ਜਾ ਕੇ ਭਰ ਲਿਆ ਟੂਟੀ ਤੋਂ ਕਿਉਂ ਕਹਿੰਦੇ ਸੀ ਟੋਬੇ ਦਾ ਪਾਣੀ ਪੀਵਾਂਗੇ ਉਹ ਟੂਟੀ ਨਹੀਂ ਲੱਗੀ ਹੋਈ ਜੀ ਟੋਬੇ ਤੇ ਉੱਥੋਂ ਕਹਿੰਦਾ ਕਹਿੰਦਾ ਉੱਥੋਂ ਜਾ ਕੇ ਭਰ ਲਿਆ ਹੁਣ ਐਡੀ ਦੂਰ ਥੋੜੀ ਜਾਊਂਗਾ ਤੇਰੇ ਮੂੰਹ 'ਚ ਬੋਲ ਨਹੀਂ ਦੀ ਤੂੰ ਕਹਿ ਨਹੀਂ ਸਕਿਆ ਵੀ ਸਾਡੇ ਕਹਿੰਦਾ ਤੁਸੀਂ ਕਦੇ ਪਾਣੀ ਲੈਣ ਆਏ ਨਹੀਂ ਹੈਗੇ ਲੈ ਹੁਣ ਮੈਂ ਕੀ ਕਰਦਾ ਮੰਮੀ ਅਗਲੇ ਦਾ ਘਰ ਹੈਗਾ ਮੈਂ ਤਾਂ ਕਹਿੰਦਾ ਮਾਂ ਬਣ ਕੇ ਚੁੱਪ ਕਰਕੇ ਸੁਣ ਕੇ ਆ ਜਾਣਾ ਤੂੰ ਕਹਿੰਦਾ ਮੈਂ ਤਾਂ ਕਹਿੰਦਾ ਛੋਟੀ ਬਾਲਟੀ ਭਰ ਕੇ ਲੈ ਜਾ ਬਾਲਾ ਪਾਣੀ ਨਹੀਂ ਹੈਗਾ ਸਾਡੇ ਨਾਲ ਪਾਣੀ ਮੁੱਲ ਵਿਕਦਾ ਮੈਨੂੰ ਨਹੀਂ ਪਤਾ ਫਿਰ ਤੈਨੂੰ ਲੋੜ ਨਹੀਂ ਆਪਾਂ ਨਹਿਰ ਤੋਂ ਭਰ ਲਾਂਗੇ ਛੱਟ ਕੇ ਆਉਂਦਾ ਉਹਨਾਂ ਦੇ ਬਾਰ ਚ ਕੀ ਪਾਣੀ ਪਰ ਤੂੰ ਆਪ ਹੀ ਤਾਂ ਮੈਨੂੰ ਦੋ ਵਾਰ ਤਾਂ ਭੇਜਦਾ ਕਹਿੰਦੀ ਪਾਣੀ ਲਿਆ ਹੁਣ ਮੈਂ ਫਿਰ ਪਾਣੀ ਹੁਣ ਆਪਾਂ ਕਮਾਣਾ ਮੱਥੇ ਜਾਨੀ ਹੁੰਨੀ ਮੈਨੂੰ ਕੀ ਪਤਾ ਤੂੰ ਹੋ ਐ ਕਰਨਗੇ ਫਿਰ ਤੇ ਇੱਥੋਂ ਕੁਝ ਸਹਰਿਆ ਨਹੀਂ ਹੈਗਾ
ਡੰਗਰ ਨਵਾ ਲੈਂਦੇ ਨੇ ਲਾ ਕੇ ਪਾਈਪ, ਕਦੇ ਬਾੜੀਆਂ ਰਮਾ ਲੈਂਦੇ ਨੇ, ਕੀ ਗੱਲ ਆਪਾਂ ਨੂੰ ਬਿੱਲ ਨੀ ਆਉਂਦਾ ਹੈਗਾ, ਕਦੇ ਮੈਸਾਂ ਨਵਾ ਲੀਆਂ, ਕਦੇ ਬੇਲਾਂ ਰਮਾ ਲੀਆਂ, ਕਦੇ ਲੂਸਣ ਰਮਾ ਲਿਆ, ਸੁਣ ਕੇ ਚੁੱਪ ਕਰਕੇ ਆ ਗਿਆ, ਤੇਰੇ ਮੂੰਹ ਚ ਬੋਲੀ ਤੀ ਘੁੱਗੂ ਬਣ ਕੇ ਸੁਣੀ ਜਾਂਦਾ ਹੁੰਦਾ। ਲੈ ਹੁਣ ਮੈਂ ਕੀ ਕਰਦਾ ਮੰਮੀ? ਮੈਂ ਕੀ ਕਰਦਾ? ਤੇਰੇ ਮੂੰਹ ਚ ਜਵਾਬ ਨੀ ਤੀ ਕੋਈ। ਬਸ ਮੈਂ ਤਾਂ ਅਗਲੀ ਵਾਰ ਤੋਂ ਜਾਇਆ ਨੀ ਕਰਦਾ ਆਪਦਾ, ਤੂੰ ਆਪ ਹੀ ਭਾਗ ਜਾਏਗਾ। ਜਾਇਆ ਨੀ ਕਰਦਾ ਅਗਲੀ ਵਾਰ ਤੋਂ, ਹੁਣ ਮੈਂ ਤੈਨੂੰ ਅਗਲੀ ਵਾਰ ਭੇਜ ਦਿਓ ਰਹੂੰਗੀ, ਆਉਣ ਦੇ ਪੱਟੂ ਉਹਦੀਆਂ ਬੋਧੀਆਂ। ਆਹੋ ਤੂੰ ਆਪ ਹੀ ਕਹਿ ਦਿਓ। ਕੌਣ ਕਰੇ ਉਹਨਾਂ ਦੇ? ਇੱਕ ਤਾਂ ਮਖਤਿਆ ਦਾ ਤਾਇਆ ਸੀ, ਇੱਕ ਉਹਨਾਂ ਦਾ ਉਹ ਸਾਲਾ ਜਿਹਾ ਸੀ, ਗੱਗੀ ਸੀ। ਮਖਤਿਆ ਫਿਰ ਚੰਬਲਾ, ਉਹਦੇ ਨਾਲੇ ਗੱਗੀ ਗੁੱਗੀ ਜਿਹਨੂੰ ਕਿੱਥੋਂ ਮਸਤ ਆਇਆ, ਇੱਥੇ ਫਿਰੀ ਜਾਂਦਾ ਸਾਰਾ ਦਿਨ ਲੋਕਾਂ ਦੇ ਕੌਲੇ ਕੱਛਦਾ। ਮੈਂ ਤਾਂ ਜਾਇਆ ਨਹੀਂ ਕਰਦਾ। ਹਾਂ ਆਉਂਦੇ ਉਹਨੂੰ ਆਪਣੇ ਘਰੇ, ਕਦੇ ਕਹਿੰਦਾ ਦਾਲ ਦੇ ਦਿਓ, ਕਦੇ ਕਹਿੰਦਾ ਚਾਹ ਦੇ ਦਿਓ। ਦੇਉਂਗੇ ਉਹਨੂੰ ਮਾਰੂ ਬੁੱਲਾਂ ਤੇ ਕੜਛੀ, ਉਹ ਗੱਗੀ ਜਦੇ ਆਉਂਦੇ ਉਹਨੂੰ। ਚੰਗਾ ਨਾਲੇ ਆਉਂਦੇ ਮਖਤਿਆਰੇ ਜੇ ਨੂੰ, ਜੇ ਚੰਗਾ ਹੁਣ ਡੰਗਰਾਂ ਨੂੰ ਪਾਣੀ ਪਿਲਾ ਲੈਣਾ, ਹਲਕ ਨਹੀਂ ਲੈ ਜਾ, ਡੋਬੇ ਤੇ ਲੈ ਜਾ। ਲੈ ਮੈਂ ਨਹੀਂ, ਪਾਪੇ ਨੂੰ ਕਹਦੀ, ਹੁਣ ਮੈਂ ਨਹੀਂ ਜਾਂਦਾ। ਪਾਪਾ ਕੰਮ ਕਰਦਾ, ਵਿਹਲਾ ਨਹੀਂ ਹੈਗਾ ਪਾਪਾ। ਮੈਂ ਨਹੀਂ ਜਾਂਦਾ ਬਾਈ, ਉਹਨਾਂ ਦੇ ਤਾਂ ਬਥੇਰੇ ਕਰਿਆ ਉਹਨਾਂ ਮਖਤਿਆਰੇ ਕੇ, ਤਾਂ ਸਾਰਾ ਦਿਨ ਉਹਨਾਂ ਦੀ ਗੁਲਾਮੀ ਕਰਦਾ ਫਿਰ ਜਾਂਦਾ। ਮੈਂ ਕੀ ਕੰਮ ਕਰਕੇ ਆਏਗਾ ਉਹਨਾਂ ਦਾ? ਮਾੜਾ ਜਿਹਾ ਕਹਿ ਦੇਣਾ ਆਈ ਸੀ ਮੂੰਹ ਉਹਦੀ ਵਗ ਜਾਂਦਾ। ਤੂੰ ਵਗ ਜਾ, ਨਹਾ ਧੋਲਾ ਜਾ ਕੇ, ਆ ਪਾਥੀਆਂ ਪਾ ਕੇ ਲੈ ਜਾ, ਤੂੰ ਸੁੱਕੀਆਂ ਸਾਰਾ। ਨਾ ਮੈਂ ਬਿਠਾ ਦੇਣਾ, ਫਿਰ ਦਾਲ ਕਰਦੀ ਮਹਾਂ। ਮੈਂ ਆਪੇ ਕਰ ਲੂੰਗੀ, ਤੂੰ ਵਗ ਜਾ, ਨਹਾ ਧੋਲਾ ਜਾ ਕੇ, ਉਗਲਿਆ ਫਿਰ ਦਾਲ। ਫਿਰ ਮੈਂ ਤੇਰੇ ਕੰਮ ਕੀ ਕਰੂੰਗਾ ਹੁਣ? ਬੇ ਤੂੰ ਵਗ ਜਾ, ਮੈਂ ਆਪੇ ਕੰਮ ਨਿਬੇੜ ਲੂੰਗੀ, ਜਲੂਸ ਕੱਢੇ ਪਿਆ ਤੇਰਾ। ਇੱਕ ਪੱਥਰਾ ਸੌਂਕ ਨਾਲ ਬਥੇਰਾ ਟਾਈਮ ਹੋ ਗਿਆ, ਇਹ ਤਾਂ ਕਰੀ ਨਹੀਂ ਹੈਗਾ। ਮੇਰੀ ਗੱਲ ਤਾਂ ਸੁਣ ਲੈ। ਹਾਂ ਕਿਉਂ ਤੂੰ ਕੰਮ ਨਾਲ ਕੁੱਟ ਦਾਂਗਾ ਜਾ ਕੇ ਨਾਲ? ਚੱਲ ਚੰਗਾ, ਤੂੰ ਘਰੇ ਵਗ ਜਾ, ਜਾ ਕੇ ਨਾ ਤੂੰ ਹੋਰ ਕੋਈ ਕੰਮ। ਉਹ ਨਗੰਦੇ ਪਾਉਣ ਵਾਲੇ ਇਹਦਾ ਬਲਾਈ ਸੁਣੀਆਂ ਬਣ ਜਾਂਦੇ ਨੇ ਪਥੂਲੀਆਂ। ਬੱਠਲ ਤਾਂ ਤੂੰ ਲੈ ਜੀ, ਮੈਂ ਲੈ ਆਉਂਗੀ, ਜੂ ਭਾਗ ਜਾ ਭੱਜ। ਤੈਨੂੰ ਭਰਕੇ ਦੇ ਦੇਣਾ, ਭਰਕੇ ਦੇ ਦੇਣਾ, ਹੋਰ ਦੇ ਦੇਣਾ। ਆਹ ਸੁੱਕੀਆਂ ਨੇ, ਥੋੜੀਆਂ ਲੈ ਕੇ ਜਾਈ। ਹੈ ਥੋੜੀਆਂ ਲੈ ਜਾ। ਨਹੀਂ ਲਈ ਨਾ ਜਾਵਾ ਬੇ, ਮੇਰੀ ਗੱਲ ਸੁਣ, ਇੱਥੇ ਧਰ ਜਾ, ਮੈਂ ਲੈ ਜਾਊਂਗੀ। ਮੈਂ ਲੈ ਜਾਣਾ ਬੇ? ਲੋਕ ਕੀ ਕਹਿਣਗੇ ਤੈਨੂੰ, ਤੂੰ ਧਰ ਜਾ ਇੱਥੇ। ਉਹ ਕਹਿਣਗੇ ਆਪਦੀ ਕੁੜੀ ਤੋਂ ਕੰਮ ਕਰਾਉਂਦੇ ਨੇ ਧੀ ਦਿਹਾਣੀ ਤੋਂ, ਅੱਗੇ ਤਾਂ ਕਾਹਨੂੰ ਕਹਿੰਦੇ ਨੇ ਲੋਕ, ਤੂੰ ਇੱਥੇ ਧਰ ਜਾ। ਚੱਲ ਮੈਂ ਕਰਦਾ। ਹਾਂ ਮੈਂ ਜਾ ਕੇ ਕੰਮ ਕਰ ਲੈਣਾ, ਹੋਰ ਨਾਲੇ ਮੈਨੂੰ ਟਿਚਰਾਂ ਕਰਨੇ ਦੋਨੋਂ ਦੇ ਸੀਤਲ ਹੋਰੇ। ਕਾਹਨੂੰ ਤੈਨੂੰ ਤਾਂ ਹੁਣ ਟਿਚਰਾਂ ਜ਼ਿਆਦਾ ਨਾਲੀ ਨਾਲੇ ਜਾ ਕੇ। ਕੋਈ ਨਾ, ਹੋਰ ਮਾਸੀ ਠੀਕ ਹੋ? ਹਾਂ ਠੀਕ ਆ ਬਾਈ। ਕਿੱਧਰ ਪਾਣੀ ਲਈ ਜਾਂਦੇ ਹੋ? ਪਾਣੀ ਲਾਈਟ ਵਗ ਗਈ ਬਾਈ। ਅੱਛਾ ਜੀ, ਟੈਂਕੀ ਖਤਮ ਹੋ ਗਈ। ਹਾਂ ਛੋਡੇ ਭੇਜਿਆ ਤੀ ਸਿੰਮੂ। ਅੱਛਾ ਪਾਣੀ ਲੈਣਾ, ਤੇਰੇ ਤਾਂ ਚਾਰੇ ਪੈਰ ਚੱਕੇ ਪੈ ਗਿਆ। ਕਿਉਂ ਜੀ? ਕਹਿੰਦਾ ਛੋਡੇ ਕੀ, ਕਹਿੰਦਾ ਲਾਈਟ ਨਹੀਂ ਹੈਗੀ, ਛੋਡੇ ਕੀ ਟੈਂਕੀ ਨਹੀਂ ਹੈਗੀ, ਤੁਸੀਂ ਸਾਡੇ ਪਾਣੀ ਲੈਣ ਆ ਜਾਂਦੇ ਹੋ, ਜੇ ਲਾਈਟ ਨਹੀਂ ਤੀ ਤਾਂ ਹੀ ਗਏ ਤੇ। ਓਏ ਹੋਸਾ ਜੀ, ਉਹਦਾ ਕੀ ਆ, ਉਹਦਾ ਮਲੰਗ ਬੰਦਾ ਜੀ। ਨਾ ਭਾਈ, ਛੋਡੇ ਕੋਲ ਤਾਂ ਸਰੇ ਪਿਆ, ਅੰਡ ਗਵਾਂਢ ਦੇ ਬਗੀ ਜਾਂਦੇ ਹੁੰਦੇ ਪਾਣੀ ਲੈਣ। ਕੀ ਪਾਣੀ, ਪਾਣੀ ਦਾ ਤਾਂ ਲੋਕ ਪੌ ਲਵਾਉਂਦੇ ਨੇ। ਉਹੀ ਗੱਲ ਆ, ਪਾਣੀ ਦਾ ਸਬੀਲਾ ਉਹ ਕਰਦੇ ਨੇ। ਹਾਂ ਪਾਣੀ ਦੀ ਸਾਮੀ ਬਾਲਟੀ ਖਾਲੀ ਮੋੜਤੀ ਮੁੰਡੇ ਨੂੰ, ਇਹਨਾਂ ਤੋਂ ਲੈਈਆਂ ਹੁਣ ਜਨਾਲੋ ਕਿਉਂ? ਉਹ ਮਲੰਗ ਬੰਦਾ, ਤੁਸੀਂ ਐ ਕਰੋ ਜੀ, ਮੈਂ ਪੈਪ ਪਾਉਣਾ ਇਧਰੋਂ। ਨਾ ਨਾ ਕੀ ਕਰਨਾ, ਅਸੀਂ ਤੁਹਾਨੂੰ ਕਦੇ ਜਵਾਬ ਦਿੱਤਾ? ਡੰਗਰ ਤੁਸੀਂ ਨਮਾਉਨੇ ਹੋ, ਲੂਸਣ ਤੁਸੀਂ ਰਮਾਉਨੇ ਹੋ, ਅਸੀਂ ਕਬਾਲਟੀ ਨੂੰ ਕਹਤੇ ਸਾਡਾ ਮੁੰਡਾ ਸਾਮਾ ਮੋੜਤਾ। ਲਓ ਹੁਣ ਸੁਣਾ ਦੋ ਜੀ ਜਿੰਨੀਆਂ ਗੱਲਾਂ ਹੈਗੀਆਂ ਨੇ। ਨਾ ਫਿਰ ਤੁਸੀਂ ਐ ਕਰ ਲੱਗ ਜਾਂਦੇ ਹੋ। ਸਾਡਾ ਕੀ ਕਸੂਰ ਆ ਜੀ, ਮੈਂ ਕੁਛ ਕਿਹਾ? ਤੁਸੀਂ ਵਿੱਚੀ ਹੋ। ਓਏ ਤੁਸੀਂ ਉਹਨੂੰ ਕਹੋ ਵੀ ਨਾ ਤਾਇਆ, ਆਪਾਂ ਆਂਡ ਗਵਾਂਢ ਦੇ ਜਾਂਦੇ ਹੁੰਦੇ ਹੋ, ਰਿਸ਼ਤੇਦਾਰਾਂ ਨਾਲ ਤੁਸੀਂ ਨਹੀਂ ਵਰਤਦੇ, ਗੁਆਂਢੀਆਂ ਨਾਲ ਤੁਸੀਂ ਨਹੀਂ ਵਰਤਦੇ, ਆਪਦੀ ਖੱਲ ਚ ਚੌੜੇ ਹੋ। ਆਂਟੀ ਜੀ ਚਲੋ, ਮਾਸੀ ਤੋਂ ਆਂਟੀ ਜੀ ਕਹਿਣਾਗਾ, ਮੈਂ ਐ ਕਹਿਣਾ ਜੀ, ਮੇਰਾ ਤਾਂ ਘਰ ਪੱਟਿਆ ਗਿਆ ਜੀ, ਮੇਰੀ ਤਾਂ ਘਰ ਵਾਲੀ ਮੇਰੀ ਬਾਗੀ। ਫਿਰ ਤੁਹਾਡੇ ਲੱਛਣ ਨੇ, ਇਹ ਨਹੀਂ ਵਰਤਣ ਦਿੰਦਾ ਮੈਂ ਮਾੜਾ ਜੀ। ਤੁਹਾਡੇ ਲੱਛਣ ਨੇ, ਜੇ ਤੂੰ ਮਾੜਾ ਤਾਂ ਹੀ ਤਾਂ ਘਰ ਵਾਲੀ ਗਈ ਹੈ, ਜੇ ਇਹ ਮਾੜਾ ਤੇਰਾ ਤਾਇਆ ਤਾਂ ਹੀ ਗੁਆਂਢੀਆਂ ਨਾਲ ਨਹੀਂ ਵਰਤਦੇ। ਇੱਥੇ ਤਾਂ ਨਹੀਂ ਲੜਾ ਲੁੱਚਾ ਹੋਣਾ ਚਾਹੀਦਾ, ਜੇ ਤਾਂ ਬੰਦਾ ਦਿਲ ਦਾ ਸਾਫ ਹੋਵੇ ਫਿਰ ਤਾਂ ਇੱਥੇ ਕਹਿੰਦੇ ਨੇ ਇਹਦਾ ਕੀ ਕਰਦਾ, ਜਦੋਂ ਲੜਾ ਲੁੱਚਾ ਫਿਰ ਕਹਿੰਦੇ ਨੇ ਬਹੁਤ ਵਧੀਆ, ਮੇਰੀ ਤਾਂ ਕੋਈ ਸੁਣਦਾ ਨਹੀਂ ਜੀ। ਫਿਰ ਲੰਡੇ ਲੁੱਚੇ ਹੋ ਕੇ ਦੇਖ ਲਓ, ਚੰਗੇ ਨਾਲ ਤਾਂ ਕੋਈ ਵਰਤਦਾ ਨਹੀਂ, ਲੰਡੇ ਲੁੱਚੇ ਨਾਲ ਕੌਣ ਵਰਤੂਗਾ? ਕੋਈ ਨਾ ਜੀ, ਐ ਕਰੋ ਤੁਸੀਂ, ਮੈਂ ਬਸ ਲੋੜ ਨਹੀਂ ਸਾਨੂੰ ਤਾਂ, ਇੰਨੇ ਲਾਈਟ ਆ ਜੂਗੀ, ਬਰਤਨ ਜੋਗਾ ਪਾਣੀ ਲਿਆਈ, ਠੀਕ ਹੈ, ਜਦੋਂ ਲਾਈਟ ਆ ਗਈ ਸਾਡਾ ਜਿੰਨਾ ਮਰਜ਼ੀ ਭਰ ਲਓ। ਆਹ ਦੇਖ ਲਓ, 70,000 ਲੈਣਾ ਹੈਗਾ, 75,000 ਆ, ਗੋਹਾ ਪੱਥ ਕੇ ਆਇਆ। ਫਿਰ ਤੁਹਾਡੇ ਲੱਛਣ ਨੇ ਗੋਹਾ ਪੱਥਣ ਵਾਲੇ, ਤੁਸੀਂ ਉਹ ਗੋਹਾ ਪੱਥਣ ਵਾਲੀ ਤਾਂ ਰੱਖੀ ਨਹੀਂ। ਰੱਖੀ ਹੁਣ ਕਿਵੇਂ ਰੱਖੀ ਜੀ, ਚੀਟਰ ਜਨਾਨੀ ਨੂੰ ਕੌਣ ਰੱਖਦਾ ਘਰੇ, ਇਹ ਦੱਸੋ। ਕੋਈ ਨਹੀਂ, ਗਲਤੀ ਕੋਈ ਘਰ ਵਾਲੀ ਹੋਵੇ, ਪੈਸੇ ਲੈ ਜੇ ਘਰੋਂ ਚੱਕ, ਤੁਸੀਂ ਰੱਖ ਲਓਗੇ ਜੀ? ਗਲਤੀਆਂ ਵੱਡੇ ਵੱਡੇ ਤੇ ਹੋ ਜਾਂਦੇ ਨੇ, ਅੰਦਰ ਬੈ ਕੇ ਆਪਦਾ ਮਸਲਾ ਸਮਝਾਉਣਾ ਵੀ ਚਾਹੀਦਾ ਹੈ, ਦੁੱਧ ਦੁੱਧ ਕਰਕੇ ਕੰਧੀ ਕੋਠੀ ਗੱਲ ਚੜਾ ਦਿੰਦੇ ਜੀ। ਨਾ ਨਾ ਆਪਾਂ ਨਹੀਂ ਜੀ, ਆਪਾਂ ਫਿਰ ਹੁਣ ਪੈਸੇ ਵਾਪਸ ਆ ਗਏ, ਉਹ ਘਰੇ ਭੇਜ ਤੀ ਕੁੱਟ ਕੇ ਆਪਦੇ। ਨਹੀਂ ਉਹਨੇ, ਮੈਂ ਤਾਂ ਇਹ ਸੋਚ ਲੂੰਗਾ ਜੀ ਵੀ ਮੇਰਾ ਤਾਂ ਜੀ ਬੱਚਾ, ਮੇਰਾ ਕੇਸ ਖਰਾਬ ਹੋਊਗਾ, ਮੇਰਾ ਤਾਂ 2-3 ਲੱਖ ਉੱਧਰ ਲੱਗ ਗਿਆ ਸੀ। ਨਾ ਫਿਰ ਹੁਣ ਮੇਰੀ ਗੱਲ ਸੁਣ, ਹੁਣ ਮਾਸਟਰੀ ਤੋਂ ਦੇ ਰਜਾਈ ਨਾ, ਅਸਤੀਫਾ ਦੇ ਦੇ, ਹੁਣ ਗੋਹਾ ਪੱਥਣ ਜੋਗੀ ਰਹਿ ਜਾ। ਹੋਰ ਕੀ ਕਰੀਏ ਜੀ ਫਿਰ, ਠੀਕ ਹੈ? ਕਿੱਧਰੋਂ ਮਾਰਿਆ, ਵੱਡੇ ਮੋਟਰ ਵਾਲੇ ਹੋਏ ਨੇ ਲਾਹੇ, ਕਦੋਂ ਕਦੀ ਤੁਹਾਡੇ ਮੋਟਰ ਲੱਗੀ ਹੈ? ਆ ਕੇ ਕਹਿ ਦੇ ਸਾ
ਮਖਤਿਆਰਾ ਯਾਰ ਬੁਲਾਉਂਦਾ ਤੇਰਾ ਸਾਹਿਬਾ ਨੇ ਗਾਹ ਛਣਾਉਣਾ ਤੇਰਾ ਕੀ ਕਰਾਉਣਾ ਤੇਰੇ ਗੰਦ ਤੋਂ ਸਾਹਿਬਾ ਨੇ ਹਾਂ ਮੈਨੂੰ ਬੋਲਿਆ ਬੁੜਾਣਾ ਜਾਣੀ ਨੀ ਖਾਧੀ ਮੈਂ ਖੁਰਾਕ ਪੁਰਾਣੀ ਮਖਤਿਆਰੇ ਨੂੰ ਬੁੜਾਣਾ ਜਾਣੀ ਗੱਗੀਆ ਖਾਧੀ ਮੈਂ ਖੁਰਾਕ ਪੁਰਾਣੀ ਤੇਰੀ ਜੋਬਣ ਭਰੀ ਜਵਾਨੀ ਹੱਥਾਂ ਤੇ ਟਕਾਵਾਂ ਬੈਠ ਮਖਤਿਆਰੇ ਦੇ ਟਾਂਗੇ ਤੇ ਤੈਨੂੰ ਸ਼ੈਰ ਕਰਾਵਾਂ ਤੈਨੂੰ ਸ਼ਰਮ ਨਹੀਂ ਆਉਂਦੀ ਉਹ ਚੌਰਿਆ ਜਨਾਨੀ ਦਾ ਤੇਰੀ ਜੁੜੀ ਨਹੀਂ ਹੁਣ ਤੂੰ ਮਰਦਾਂ ਦੇ ਇੰਟਰਸਟ ਰੱਖ ਲਾਂਗਾ ਤੈਨੂੰ ਗਾਣਾ ਗਾਉਣਾ ਊਂ ਗਾਉਣਾ ਪੁੱਤ ਗਾਣਾ ਮੇਰਾ ਨਾਂ ਕਰ ਲੈਣਾ ਤੂੰ ਬੱਚਾ ਮੈਨੂੰ ਕੀ ਤੂੰ ਜ਼ਿਆਦਾ ਠੰਡਾ ਤਾਂ ਨਹੀਂ ਕਿਤੇ ਠਰ ਜੇ ਮੈਨੂੰ ਕੋ ਸੈਂਟਰ 'ਚ ਲੈ ਕੇ ਆਉਣਾ ਤੂੰ ਆਣੀ ਦਾ ਨਹੀਂ ਠੰਡਾ ਪਹਿਲੀ ਵਾਰ ਲੱਗੂਗੀ ਕੋਈ ਨਾ ਥੋੜ੍ਹਾ ਥੋੜ੍ਹਾ ਜਿਹਾ ਕਿਤੇ ਸੁਣ ਹੋ ਜੇ ਮਹਾ ਛੇਤੀ 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 ਯਾਦ ਨਾ ਫਿਰ ਮੈਂ ਲਾਫੜਾ ਮਾਰੂ ਭਾਈ ਤੂੰ ਮੇਰੇ ਨਾਲ ਦਾ ਕਿ ਧੱਕਾ ਜਿਹਾ ਕਰਿਆ ਕਰ ਤੈਨੂੰ ਮੈਂ ਪਹਿਲਾਂ ਦੱਸਾਂ ਨਾਲੇ ਤੈਨੂੰ ਮੈਂ ਕਿੰਨੀ ਵਾਰ ਸਮਝਾਇਆ ਸੜੇ ਹਾਂ ਦਾ ਸੜੇ ਹਾਂ ਦਾ ਤੂੰ ਤੂੰ ਦੱਸੇ ਤੂੰ ਸੜੇ ਹਾਂ ਦਾ ਕਿਸੇ ਥਾਂ ਦੀ ਡੋਪ ਜਗਲਰਾਂ ਭੈਣ ਦੀ ਤੂੰ ਮੇਰਾ ਸਾਲਾ ਸਾਰੀ ਪਿੰਟ 'ਚ ਹੀ ਪੀ ਪਈ ਆ ਤੇਰੀ ਕੀ ਪਿੱਠ ਧੋਤੀ ਆ ਤਾਂ ਤੈਨੂੰ ਕੀ ਲੈਣਾ ਯਾਰ ਅਸੀਂ ਧੋਈਏ ਚਾਹੇ ਨਾ ਧੋਈਏ ਉਹ ਸੜੇ ਹਾਂ ਦਾ ਤੂੰ ਦੱਸਦਾ ਦੇਖਦਾ ਤਾਂ ਨਹੀਂ ਸਿੱਧਾ ਦੇਖੋ ਸਿੱਧਾ ਸਿੱਧਾ ਦੇਖਦਾ ਪੁੱਤ ਹਾਂ